ਯਾਦ ਹੈ ਮੇਰਾ ਸ਼ੋਅ ਚੱਲ ਰਿਹਾ ਸੀ ਆਪਣੇ ਯੂਰਪ ਦੇ ਵਿੱਚ, ਅਤੇ ਮੇਰਾ ਬ੍ਰਦਰ ਬਹੁਤ ਰੱਖਦਾ ਹੁੰਦਾ ਲੁਕੋ ਕੇ, ਉਹਨੂੰ ਪਤਾ ਵੀ ਯਾਰ ਇਹਦਾ ਪ੍ਰੋਗਰਾਮ ਹੈ ਅਪਸੈਟ ਨਾ ਹੋਵੇ। ਲੇਕਿਨ ਉੱਧਰ ਇਹੋ ਜਿਹੀ ਘੜੀ ਸੀ ਵੀ ਮੇਰਾ ਉੱਧਰ ਸ਼ੋਅ 'ਤੇ ਮੈਂ ਜਾਣਾ, ਉੱਧਰ ਮੇਰੇ ਬ੍ਰਦਰ ਦਾ ਫੋਨ ਆ ਰਿਹਾ ਕਹਿੰਦਾ ਵੀ ਡਾਕਟਰ ਨੇ ਕਿਹਾ ਲਾਸਟ ਡੇ ਆ ਮਾਮ ਦਾ, ਇਹਨਾਂ ਕੈਂਸਰ ਸੀਗਾ। ਅਤੇ ਮੈਂ ਇਮੈਜਿਨ ਮੈਂ ਸਟੇਜ 'ਤੇ ਗਿਆ, 2-2.5 ਘੰਟੇ ਉਹਨਾਂ ਨੂੰ ਨਚਾਇਆ ਹਸਾਇਆ, ਅਤੇ ਲੇਕਿਨ ਐਂਡ ਤੋਂ ਮੇਰੇ ਕੋਲ ਰਹਿ ਨਹੀਂ ਗਿਆ। ਫਿਰ ਮੈਂ ਨਾ ਉਹਨਾਂ ਨੂੰ ਇੱਕ ਕਿਹਾ, ਸਾਰੇ ਜਿਹੜੇ ਸਿੱਖ ਆਏ, ਮੈਂ ਕਿਹਾ ਵੀ ਇਸ ਵੇਲੇ ਮੈਂ ਗਾ ਤਾਂ ਰਿਹਾ ਪਰ ਮੇਰਾ ਮਨ ਮੇਰਾ ਦਿਲ ਉੱਥੇ ਆ, ਵੀ ਮੇਰੀ ਮਾਂ ਨੂੰ ਡਾਕਟਰ ਨੇ ਕਿਹਾ ਵੀ ਲਾਸਟ ਡੇ ਆ, ਵੀ ਅਰਦਾਸ ਕਰੋ ਹੈ ਨਾ ਵੀ ਉਹਦੇ ਲਈ। ਅਤੇ ਉਹਨਾਂ ਨੇ ਮੈਂ ਉੱਥੇ ਰੋਂਦੇ ਦੇਖੇ ਨੇ ਜਿਹੜੇ ਆਏ ਸੀਗੇ ਸ਼ੋਅ ਦੇਖਣ, ਅਤੇ ਉਹਨਾਂ ਨੇ ਅਰਦਾਸ ਇਹੋ ਜਿਹੀ ਕੀਤੀ। ਮੈਂ ਗਾਣਾ ਗਾਇਆ ਉਸਤਾਦ ਜੀ ਦਾ, ਹੋ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ, ਹੋ ਮਾਂ ਏ ਠੰਡੜੀ ਛਾਂ ਉਹ ਦੁਨੀਆ ਵਾਲਿਓ। ਅਤੇ ਐਸੀ ਅਰਦਾਸ ਕੀਤੀ, ਕਿਤੇ ਡਾਕਟਰ ਨੇ ਇੱਕ ਦਿਨ ਗਿਆ ਸੀਗਾ, ਉਹ 2 ਸਾਲ ਉਸ ਤੋਂ ਬਾਅਦ ਹੈ ਨਾ ਜੀ ਨੇ। ਸੋ ਇਸ ਕਰਕੇ ਹੋਪ ਨਹੀਂ ਛੱਡਣੀ।